ਹਾਲਾਂਕਿ ਇਸ ਆਡੀਓ ਕਲਿੱਪ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਇਸ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਉਹ ਬੇਹੱਦ ਆਪਾਂ ਕਹਿ ਸਕਦੇ ਕਿ ਚੁਕਾਉਣ ਵਾਲੀਆਂ, ਜਿਸ ਦੇ ਵਿੱਚ ਬਿੱਟੂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਜੇਕਰ ਕੋਈ ਨਕਲੀ ਜਿਹੜਾ ਉਹ ਸਿੱਖ ਬਣ ਕੇ ਚਲਾ ਜਾਵੇ ਜਾਂ ਫਿਰ ਸਿਰ ਦੇ ਉੱਤੇ ਪੱਗ ਰੱਖ ਕੇ ਚਲਾ ਜਾਵੇ ਤਾਂ ਉਸਨੂੰ ਵੀ ਭਾਜਪਾ ਵਾਲੇ ਜੱਫੀਆਂ ਪਾ ਲੈਂਦੇ ਆ। ਇਸ ਦਾ ਮਤਲਬ ਇਹ ਕਿ ਜੋ ਸਿੱਖ ਚਿਹਰੇ ਆ ਉਹੀ ਭਾਜਪਾ ਨੂੰ ਚਾਹੀਦੇ ਸੀ ਜਾਂ ਫਿਰ ਭਾਜਪਾ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਸਿੱਖ ਚਿਹਰੇ ਜਿਹੜੇ ਆ ਉਹ ਰਲਾਏ ਜਾਣ। ਤਾਂ ਇਸ ਆਡੀਓ ਕਲਿੱਪ ਦੇ ਉੱਤੇ ਸਿਆਸੀ ਘਮਸਾਨ ਜਿਹੜਾ ਉਹ ਮਚਿਆ ਹੋਇਆ। ਰਮਨੀਤ ਬਿੱਟੂ ਨੇ ਆਡੀਓ ਕਲਿੱਪ ਨੂੰ ਹਾਲਾਂਕਿ ਸਾਜ਼ਿਸ਼ ਦੱਸਿਆ। ਉਹਨਾਂ ਨੇ ਕਿਹਾ ਕਿ ਮੈਂ ਆਈਟੀ ਸੈੱਲ ਨੂੰ ਇਸ ਦੀ ਸ਼ਿਕਾਇਤ ਕਰਾਂਗਾ। ਰਾਜਾ ਵੜਿੰਗ ਨੇ ਵੀ ਇਸ ਦੇ ਉੱਤੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਰਮਨੀਤ ਬਿੱਟੂ ਦਾ ਡਬਲ ਸਟੈਂਡਰਡ ਹੈ। ਬਿੱਟੂ ਨੇ ਬੈਂਸ ਨੂੰ ਭਾਜਪਾ ਦੇ ਵਿੱਚ ਆਉਣ ਦੇ ਲਈ ਦਬਾਅ ਬਣਾਇਆ, ਬੈਂਸ ਨਹੀਂ ਮੰਨੇ ਤਾਂ ਉਹਨਾਂ 'ਤੇ ਰੇਪ ਦੇ ਆਰੋਪ ਲਗਾ ਰਹੇ ਆ, ਬਲਾਤਕਾਰੀ ਆਖ ਰਹੇ ਆ। ਰਮਨੀਤ ਬਿੱਟੂ ਜਿੱਥੇ ਦਾਅਵਾ ਕਰਦੇ ਆ ਕਿ ਆਡੀਓ ਕਲਿੱਪ ਸਹੀ ਨਹੀਂ ਫੇਕ ਹੈ, ਤਾਂ ਉੱਧਰ ਹੀ ਰਾਜਾ ਵੜਿੰਗ ਇਸ ਦੇ ਉੱਤੇ ਪਲਟਵਾਰ ਕਰ ਰਹੇ ਨੇ। ਆਓ ਦੇਖਦੇ ਸੁਣਾਉਂਦੇ ਆ ਉਹ ਵੀ ਕੀ ਆਖਦੇ ਆ। ਜਿਹੜਾ ਇਹ ਉਹ ਬਾਅਦ 'ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਅਤੇ ਜਿਹਨੇ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹੜੀਆਂ ਨੇ ਇਹ ਚਲਾਈ ਆ, ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀਆਂ ਵੀਡੀਓਆਂ ਜਿਹੜੀਆਂ ਹੈ ਜਾਂ ਉਹ ਇਹ ਸਰਕੂਲੇਟ ਰੋਜ਼ ਹੋਣੀਆਂ ਹੈ। ਇਹ 'ਚ ਕੋਈ ਨਵੀਂ ਗੱਲ ਥੋੜ੍ਹੀ ਆ, ਆਹ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਹਰੇ ਆ, ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ੍ਹ ਕੰਪਿਊਟਰ 'ਤੇ ਬੈਠ ਕੇ ਜੋ ਮਰਜ਼ੀ। ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਵਾਲੀ ਗੱਲ ਕਹੀ ਆ ਅਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ, ਹਰੇਕ ਨੂੰ ਅਸੀਂ ਤਾਂ ਕਹਾਂਗੇ। ਪਤਾ ਲੱਗਿਆ ਕਿ ਬੈਂਸ ਬ੍ਰਦਰਸ ਦੀਆਂ ਮਿੰਨਤਾਂ ਕੱਢ ਰਿਹਾ, ਲੇਲੜੀਆਂ ਕੱਢ ਰਿਹਾ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ। ਫਿਰ ਉਹਨਾਂ ਨੂੰ ਕਹਿ ਰਿਹਾ ਕਿ ਇਹ ਬਈ ਰੇਪਿਸਟ ਹੈ, ਇਹਨਾਂ 'ਤੇ ਆਹ ਇਲਜ਼ਾਮ ਹੈ। ਮੈਨੂੰ ਲੱਗਦਾ ਕਿ ਇਸ ਤੋਂ ਬੰਦੇ ਦੇ ਕਰੈਕਟਰ ਦਾ ਪਤਾ ਲੱਗ ਜਾਂਦਾ। ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੁਧਿਆਣਾ ਇਲੈਕਸ਼ਨ ਇਜ਼ ਇਟਸ ਲਾਈਕ IPL, ਆਈ ਫੋਰ ਇੰਡੀਆ। ਦੂਸਰਾ ਜਿਹੜਾ P ਹੈ ਉਹ ਪਰਸਨ ਕਰੈਕਟਰ ਦੇ ਬਾਰੇ ਇਸ ਲੁਧਿਆਣਾ ਦੀ ਚੋਣ ਹੋ ਰਹੀ ਹੈ। ਹਾਲਾਂਕਿ ਇਸ ਆਡੀਓ ਕਲਿੱਪ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਇਸ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਉਹ ਬੇਹੱਦ ਆਪਾਂ ਕਹਿ ਸਕਦੇ ਕਿ ਚੁਕਾਉਣ ਵਾਲੀਆਂ, ਜਿਸ ਦੇ ਵਿੱਚ ਬਿੱਟੂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਜੇਕਰ ਕੋਈ ਨਕਲੀ ਜਿਹੜਾ ਉਹ ਸਿੱਖ ਬਣ ਕੇ ਚਲਾ ਜਾਵੇ ਜਾਂ ਫਿਰ ਸਿਰ ਦੇ ਉੱਤੇ ਪੱਗ ਰੱਖ ਕੇ ਚਲਾ ਜਾਵੇ ਤਾਂ ਉਸਨੂੰ ਵੀ ਭਾਜਪਾ ਵਾਲੇ ਜੱਫੀਆਂ ਪਾ ਲੈਂਦੇ ਆ। ਇਸ ਦਾ ਮਤਲਬ ਇਹ ਕਿ ਜੋ ਸਿੱਖ ਚਿਹਰੇ ਆ ਉਹੀ ਭਾਜਪਾ ਨੂੰ ਚਾਹੀਦੇ ਸੀ ਜਾਂ ਫਿਰ ਭਾਜਪਾ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਸਿੱਖ ਚਿਹਰੇ ਜਿਹੜੇ ਆ ਉਹ ਰਲਾਏ ਜਾਣ। ਤਾਂ ਇਸ ਆਡੀਓ ਕਲਿੱਪ ਦੇ ਉੱਤੇ ਸਿਆਸੀ ਘਮਸਾਨ ਜਿਹੜਾ ਉਹ ਮਚਿਆ ਹੋਇਆ। ਰਮਨੀਤ ਬਿੱਟੂ ਨੇ ਆਡੀਓ ਕਲਿੱਪ ਨੂੰ ਹਾਲਾਂਕਿ ਸਾਜ਼ਿਸ਼ ਦੱਸਿਆ। ਉਹਨਾਂ ਨੇ ਕਿਹਾ ਕਿ ਮੈਂ ਆਈਟੀ ਸੈੱਲ ਨੂੰ ਇਸ ਦੀ ਸ਼ਿਕਾਇਤ ਕਰਾਂਗਾ। ਰਾਜਾ ਵੜਿੰਗ ਨੇ ਵੀ ਇਸ ਦੇ ਉੱਤੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਰਮਨੀਤ ਬਿੱਟੂ ਦਾ ਡਬਲ ਸਟੈਂਡਰਡ ਹੈ। ਬਿੱਟੂ ਨੇ ਬੈਂਸ ਨੂੰ ਭਾਜਪਾ ਦੇ ਵਿੱਚ ਆਉਣ ਦੇ ਲਈ ਦਬਾਅ ਬਣਾਇਆ, ਬੈਂਸ ਨਹੀਂ ਮੰਨੇ ਤਾਂ ਉਹਨਾਂ 'ਤੇ ਰੇਪ ਦੇ ਆਰੋਪ ਲਗਾ ਰਹੇ ਆ, ਬਲਾਤਕਾਰੀ ਆਖ ਰਹੇ ਆ। ਰਮਨੀਤ ਬਿੱਟੂ ਜਿੱਥੇ ਦਾਅਵਾ ਕਰਦੇ ਆ ਕਿ ਆਡੀਓ ਕਲਿੱਪ ਸਹੀ ਨਹੀਂ ਫੇਕ ਹੈ, ਤਾਂ ਉੱਧਰ ਹੀ ਰਾਜਾ ਵੜਿੰਗ ਇਸ ਦੇ ਉੱਤੇ ਪਲਟਵਾਰ ਕਰ ਰਹੇ ਨੇ। ਆਓ ਦੇਖਦੇ ਸੁਣਾਉਂਦੇ ਹਾਂ ਉਹ ਵੀ ਕੀ ਆਖਦੇ ਆ। ਜਿਹੜਾ ਇਹ ਉਹ ਬਾਅਦ 'ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਅਤੇ ਜਿਹਨੇ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹੜੀਆਂ ਨੇ ਇਹ ਚਲਾਈ ਆ, ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀਆਂ ਵੀਡੀਓਆਂ ਜਿਹੜੀਆਂ ਹੈ ਜਾਂ ਉਹ ਇਹ ਸਰਕੂਲੇਟ ਰੋਜ਼ ਹੋਣੀਆਂ ਹੈ। ਇਹ 'ਚ ਕੋਈ ਨਵੀਂ ਗੱਲ ਥੋੜ੍ਹੀ ਆ, ਆਹ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਹਰੇ ਆ, ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ੍ਹ ਕੰਪਿਊਟਰ 'ਤੇ ਬੈਠ ਕੇ ਜੋ ਮਰਜ਼ੀ। ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਵਾਲੀ ਗੱਲ ਕਹੀ ਆ ਅਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ, ਹਰੇਕ ਨੂੰ ਅਸੀਂ ਤਾਂ ਕਹਾਂਗੇ।
ਪਤਾ ਲੱਗਿਆ ਕਿ ਬੈਂਸ ਬ੍ਰਦਰਸ ਦੀਆਂ ਮਿੰਤਾਂ ਕੱਢ ਰਿਹਾ, ਲੇਲੜੀਆਂ ਕੱਢ ਰਿਹਾ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ। ਫਿਰ ਉਹਨਾਂ ਨੂੰ ਕਹਿ ਰਿਹਾ ਕਿ ਇਹ ਬਈ ਰੇਪਿਸਟ ਹੈ, ਇਹਨਾਂ 'ਤੇ ਆਹ ਇਲਜ਼ਾਮ ਹੈ। ਮੈਨੂੰ ਲੱਗਦਾ ਕਿ ਇਸ ਤੋਂ ਬੰਦੇ ਦੇ ਕਰੈਕਟਰ ਦਾ ਪਤਾ ਲੱਗ ਜਾਂਦਾ। ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੁਧਿਆਣਾ ਇਲੈਕਸ਼ਨ ਇਟਸ ਲਾਈਕ ਅ IPL, ਆਈ ਫੋਰ ਇੰਡੀਆ। ਦੂਸਰਾ ਜਿਹੜਾ P ਹੈ ਉਹ ਪਰਸਨਸ ਕਰੈਕਟਰ ਦੇ ਬਾਰੇ ਇਸ ਲੁਧਿਆਣਾ ਦੀ ਚੋਣ ਹੋ ਰਹੀ ਹੈ।